ਮੰਦਭਾਗੀ ਆ ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ। ਬਾਕੀ ਸਾਡੀ ਟੀਮ ਉੱਥੇ ਗਈ ਆ, ਬੈਠ ਕੇ ਸਾਰਾ ਮੁਲਾਂਕਣ ਰਿਪੋਰਟ ਦੇਣਗੇ, ਫਿਰ ਉਸ ਤੋਂ ਬਾਅਦ ਗਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਂ ਕਿਹਾ ਮੰਦਭਾਗੀ ਆ ਬਹੁਤ, ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ, ਸੰਗਤ ਦੇ ਵਿੱਚ ਟੈਰਰ ਪੈਂਦਾ ਇਹਨਾਂ ਗੱਲਾਂ ਦਾ। ਅਸੀਂ ਤਾਂ ਸ਼ੁਰੂ ਤੋਂ ਹੀ ਚਾਹੁੰਦੇ ਹਾਂ ਵੀ ਕੋਈ ਵੀ ਵਾਇਲੈਂਟ ਐਕਟ ਨਹੀਂ ਹੋਣਾ ਚਾਹੀਦਾ, ਅਤੇ ਹੁਣ ਮੈਂ ਆਪਣੀ ਟੀਮ ਭੇਜੀ ਆ, ਰਿਪੋਰਟ ਜਿਹੜੇ ਭੇਜ ਦੇ ਦੇਣਗੇ, ਫਿਰ ਉਹ 'ਤੇ ਗਾਂ ਨੈਕਸਟ ਤੁਹਾਡੇ ਨਾਲ। ਮੰਦਭਾਗੀ ਆ ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ। ਬਾਕੀ ਸਾਡੀ ਟੀਮ ਉੱਥੇ ਗਈ ਆ, ਬੈਠ ਕੇ ਸਾਰਾ ਮੁਲਾਂਕਣ ਰਿਪੋਰਟ ਦੇਣਗੇ, ਫਿਰ ਉਸ ਤੋਂ ਬਾਅਦ ਗਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਂ ਕਿਹਾ ਮੰਦਭਾਗੀ ਆ ਬਹੁਤ, ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ, ਸੰਗਤ ਦੇ ਵਿੱਚ ਟੈਰਰ ਪੈਂਦਾ ਇਹਨਾਂ ਗੱਲਾਂ ਦਾ। ਅਸੀਂ ਤਾਂ ਸ਼ੁਰੂ ਤੋਂ ਹੀ ਚਾਹੁੰਦੇ ਹਾਂ ਵੀ ਕੋਈ ਵੀ ਵਾਇਲੈਂਟ ਐਕਟ ਨਹੀਂ ਹੋਣਾ ਚਾਹੀਦਾ, ਅਤੇ ਹੁਣ ਮੈਂ ਆਪਣੀ ਟੀਮ ਭੇਜੀ ਆ, ਰਿਪੋਰਟ ਜਿਹੜੇ ਭੇਜ ਦੇ ਦੇਣਗੇ, ਫਿਰ ਉਹ 'ਤੇ ਗਾਂ ਨੈਕਸਟ ਤੁਹਾਡੇ ਨਾਲ। ਮੰਦਭਾਗੀ ਆ ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ। ਬਾਕੀ ਸਾਡੀ ਟੀਮ ਉੱਥੇ ਗਈ ਆ, ਬੈਠ ਕੇ ਸਾਰਾ ਮੁਲਾਂਕਣ ਰਿਪੋਰਟ ਦੇਣਗੇ, ਫਿਰ ਉਸ ਤੋਂ ਬਾਅਦ ਗਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਂ ਕਿਹਾ ਮੰਦਭਾਗੀ ਆ ਬਹੁਤ, ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ, ਸੰਗਤ ਦੇ ਵਿੱਚ ਟੈਰਰ ਪੈਂਦਾ ਇਹਨਾਂ ਗੱਲਾਂ ਦਾ। ਅਸੀਂ ਤਾਂ ਸ਼ੁਰੂ ਤੋਂ ਹੀ ਚਾਹੁੰਦੇ ਹਾਂ ਵੀ ਕੋਈ ਵੀ ਵਾਇਲੈਂਟ ਐਕਟ ਨਹੀਂ ਹੋਣਾ ਚਾਹੀਦਾ, ਅਤੇ ਹੁਣ ਮੈਂ ਆਪਣੀ ਟੀਮ ਭੇਜੀ ਆ, ਰਿਪੋਰਟ ਜਿਹੜੇ ਭੇਜ ਦੇ ਦੇਣਗੇ, ਫਿਰ ਉਹ 'ਤੇ ਗਾਂ ਨੈਕਸਟ ਤੁਹਾਡੇ ਨਾਲ। ਮੰਦਭਾਗੀ ਆ ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ। ਬਾਕੀ ਸਾਡੀ ਟੀਮ ਉੱਥੇ ਗਈ ਆ, ਬੈਠ ਕੇ ਸਾਰਾ ਮੁਲਾਂਕਣ ਰਿਪੋਰਟ ਦੇਣਗੇ, ਫਿਰ ਉਸ ਤੋਂ ਬਾਅਦ ਗਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਂ ਕਿਹਾ ਮੰਦਭਾਗੀ ਆ ਬਹੁਤ, ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ, ਸੰਗਤ ਦੇ ਵਿੱਚ ਟੈਰਰ ਪੈਂਦਾ ਇਹਨਾਂ ਗੱਲਾਂ ਦਾ। ਅਸੀਂ ਤਾਂ ਸ਼ੁਰੂ ਤੋਂ ਹੀ ਚਾਹੁੰਦੇ ਹਾਂ ਵੀ ਕੋਈ ਵੀ ਵਾਇਲੈਂਟ ਐਕਟ ਨਹੀਂ ਹੋਣਾ ਚਾਹੀਦਾ, ਅਤੇ ਹੁਣ ਮੈਂ ਆਪਣੀ ਟੀਮ ਭੇਜੀ ਆ, ਰਿਪੋਰਟ ਜਿਹੜੇ ਭੇਜ ਦੇ ਦੇਣਗੇ, ਫਿਰ ਉਹ 'ਤੇ ਗਾਂ ਨੈਕਸਟ ਤੁਹਾਡੇ ਨਾਲ। ਮੰਦਭਾਗੀ ਆ ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ। ਬਾਕੀ ਸਾਡੀ ਟੀਮ ਉੱਥੇ ਗਈ ਆ, ਬੈਠ ਕੇ ਸਾਰਾ ਮੁਲਾਂਕਣ ਰਿਪੋਰਟ ਦੇਣਗੇ, ਫਿਰ ਉਸ ਤੋਂ ਬਾਅਦ ਗਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਂ ਕਿਹਾ ਮੰਦਭਾਗੀ ਆ ਬਹੁਤ, ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ, ਸੰਗਤ ਦੇ ਵਿੱਚ ਟੈਰਰ ਪੈਂਦਾ ਇਹਨਾਂ ਗੱਲਾਂ ਦਾ। ਅਸੀਂ ਤਾਂ ਸ਼ੁਰੂ ਤੋਂ ਹੀ ਚਾਹੁੰਦੇ ਹਾਂ ਵੀ ਕੋਈ ਵੀ ਵਾਇਲੈਂਟ ਐਕਟ ਨਹੀਂ ਹੋਣਾ ਚਾਹੀਦਾ, ਅਤੇ ਹੁਣ ਮੈਂ ਆਪਣੀ ਟੀਮ ਭੇਜੀ ਆ, ਰਿਪੋਰਟ ਜਿਹੜੇ ਭੇਜ ਦੇ ਦੇਣਗੇ, ਫਿਰ ਉਹ 'ਤੇ ਗਾਂ ਨੈਕਸਟ ਤੁਹਾਡੇ ਨਾਲ। ਮੰਦਭਾਗੀ ਆ ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ। ਬਾਕੀ ਸਾਡੀ ਟੀਮ ਉੱਥੇ ਗਈ ਆ, ਬੈਠ ਕੇ ਸਾਰਾ ਮੁਲਾਂਕਣ ਰਿਪੋਰਟ ਦੇਣਗੇ, ਫਿਰ ਉਸ ਤੋਂ ਬਾਅਦ ਗਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਂ ਕਿਹਾ ਮੰਦਭਾਗੀ ਆ ਬਹੁਤ, ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ, ਸੰਗਤ ਦੇ ਵਿੱਚ ਟੈਰਰ ਪੈਂਦਾ ਇਹਨਾਂ ਗੱਲਾਂ ਦਾ। ਅਸੀਂ ਤਾਂ ਸ਼ੁਰੂ ਤੋਂ ਹੀ ਚਾਹੁੰਦੇ ਹਾਂ ਵੀ ਕੋਈ ਵੀ ਵਾਇਲੈਂਟ ਐਕਟ ਨਹੀਂ ਹੋਣਾ ਚਾਹੀਦਾ, ਅਤੇ ਹੁਣ ਮੈਂ ਆਪਣੀ ਟੀਮ ਭੇਜੀ ਆ, ਰਿਪੋਰਟ ਜਿਹੜੇ ਭੇਜ ਦੇ ਦੇਣਗੇ, ਫਿਰ ਉਹ 'ਤੇ ਗਾਂ ਨੈਕਸਟ ਤੁਹਾਡੇ ਨਾਲ। ਮੰਦਭਾਗੀ ਆ ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ। ਬਾਕੀ ਸਾਡੀ ਟੀਮ ਉੱਥੇ ਗਈ ਆ, ਬੈਠ ਕੇ ਸਾਰਾ ਮੁਲਾਂਕਣ ਰਿਪੋਰਟ ਦੇਣਗੇ, ਫਿਰ ਉਸ ਤੋਂ ਬਾਅਦ ਗਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਂ ਕਿਹਾ ਮੰਦਭਾਗੀ ਆ ਬਹੁਤ, ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆ, ਸੰਗਤ ਦੇ ਵਿੱਚ ਟੈਰਰ ਪੈਂਦਾ ਇਹਨਾਂ ਗੱਲਾਂ ਦਾ। ਅਸੀਂ ਤਾਂ ਸ਼ੁਰੂ ਤੋਂ ਹੀ ਚਾਹੁੰਦੇ ਹਾਂ ਵੀ ਕੋਈ ਵੀ ਵਾਇਲੈਂਟ ਐਕਟ ਨਹੀਂ ਹੋਣਾ ਚਾਹੀਦਾ, ਅਤੇ ਹੁਣ ਮੈਂ ਆਪਣੀ ਟੀਮ ਭੇਜੀ ਆ, ਰਿਪੋਰਟ ਜਿਹੜੇ ਭੇਜ ਦੇ ਦੇਣਗੇ, ਫਿਰ ਉਹ 'ਤੇ ਗਾਂ ਨੈਕਸਟ ਤੁਹਾਡੇ ਨਾਲ।